ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਿੱਧਕ ਡੇਅਰੀ ਫਾਰਮਿੰਗ ਦੇ ਵਿੱਚ। ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਪਿੰਡ ਸਰਾਵਾਂ ਪਿੰਡ ਜੈਤੋ ਤਹਿਸੀਲ ਅਤੇ ਫਰੀਦਕੋਟ ਜ਼ਿਲ੍ਹੇ ਦਾ ਕੋਟਕਪੂਰੇ ਤੋਂ ਢਿੱਲਵਾਂ ਕਲਾਂ ਇੱਕ ਪਿੰਡ ਆਉਂਦਾ ਮੇਨ ਰੋਡ ਦੇ ਉੱਤੇ ਅਤੇ ਉੱਥੋਂ ਸੜਕ ਸਿੱਧੀ ਸਰਾਵਾਂ ਨੂੰ ਆ ਜਾਂਦੀ ਹੈ। ਦੂਜੇ ਪਾਸੇ ਜੈਤੋ ਵੀ ਇਹਦੇ ਨੇੜ ਆ, ਦੱਸੋ ਗੁਰੂ ਕੀ ਢਾਬ ਗੁਰਦੁਆਰਾ ਸਾਹਿਬ ਹੈ ਅਤੇ ਉੱਥੋਂ ਸੜਕ ਸਿੱਧੀ ਸਰਾਵਾਂ ਨੂੰ ਆਉਂਦੀ ਹੈ। ਜਿਹੜੇ ਘਰ 'ਚੋਂ ਵੀਡੀਓ ਬਣਾ ਰਹੇ ਹਾਂ ਬਾਈ ਵਪਾਰ ਦਾ ਕੰਮ ਕਰਦਾ, ਇਹਦੇ ਕੋਲ ਰੂਟੀਨ 'ਚ ਮੱਝਾਂ ਵਿਕਰੀ ਵਾਲੀਆਂ ਆਉਂਦੀਆਂ। ਅੱਜ ਦੋ ਨਾਗ ਆ ਦੋਸਤੋ, ਦੋ ਝੋਟੀਆਂ ਵਿਕਾਊ। ਆਪਾਂ ਡਿਟੇਲ ਪੁੱਛਦੇ ਹਾਂ, ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ। ਜਿਹੜਾ ਨਾਗ ਚੰਗਾ ਲੱਗਿਆ ਉਹਦੀ ਤਸੱਲੀ ਤੁਸੀਂ ਕਰਨੀ ਹੈ, ਮੇਰਾ ਕੰਮ ਤੁਹਾਨੂੰ ਪਸ਼ੂ ਦਿਖਾਉਣ ਦਾ। ਆਓ ਮਿਲਦੇ ਹਾਂ ਬਾਈ ਨੂੰ। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ। ਨਾਮ ਦੱਸਿਓ ਵੀਰ ਆਪਣਾ। ਨਿਰਮਲ ਸਿੰਘ। ਨਿਰਮਲ ਬਾਈ, ਅੱਜ ਦੋ ਨਾਗ ਆਪਣੇ ਕੋਲ। ਹਾਂਜੀ। ਕਿੰਨਵਾਂ ਸੂਆ ਪਹਿਲੇ ਨੰਬਰ 'ਤੇ ਝੋਟੀ ਤੇਰੇ ਹੱਥੀ ਵੱਧੀ ਜਿਹੜੀ? ਇਹ ਦੂਜਾ ਸੂਈ। ਕਿੰਨੇ ਕੁ ਦਿਨ ਲਓ ਬਾਈ ਸੂਨ 'ਚ? ਲੈ ਜੂਗੀ ਮਤਲਬ 10 ਦਿਨ ਹੀ, 10-12 ਦਿਨ। 10-12 ਦਿਨਾਂ 'ਚ ਲੈ ਜੂਗੀ? ਹਾਂਜੀ। ਰੇਟ ਕੀ ਰੱਖੋਗੇ ਬਾਈ? ਰੇਟ ਬਾਈ ਵੀਡੀਓ 'ਚ ਹੀ ਫੋਨ ਦੇ ਉੱਤੇ ਰੱਖਾਂ। ਹਾਂਜੀ ਠੀਕ ਹੈ, ਖੋਲ੍ਹੋ ਵੀਰੇ ਨੂੰ। ਸੋ ਦੋਸਤੋ, ਤੋਰ ਕੇ ਤੁਹਾਨੂੰ ਦਿਖਾਉਂਦੇ ਹਾਂ ਦੂਜਾ ਸੂਆ ਝੋਟੀ ਸੁਣਦੀ ਹੈ। ਰੇਟ ਫੋਨ 'ਤੇ ਹੈ, ਹਜੇ 10 ਦਿਨਾਂ ਦੀ ਕੱਚੀ ਹੈ, ਸਿੰਘ ਕੁੰਡਿਆਂ ਦੀ ਹੈ ਢਾਂਚਾ ਇਹਦਾ, ਤੁਸੀਂ ਦੇਖ ਲਓਗੇ ਵੇਲ ਚੰਗੀ ਲੰਬੀ ਝੋਟੀ। ਦੈਨ ਹਜੇ ਦੱਸੋ ਇਹ ਲੈਂਦੀ ਹੈ ਸੂਨ ਦੇ ਵਿੱਚ, ਹਜੇ ਬਹੁਤੀ ਤਿਆਰ ਨਹੀਂ ਹੋਈ, ਕੱਚੀ ਹੈ। ਬਾਕੀ ਹਵਾਨੇ ਦਾ ਰੁੱਖ ਜਿਹੜਾ ਤੁਹਾਨੂੰ ਸਮਝ ਆ ਜੂਗਾ। ਲਿਆ ਬਈ, ਰੇਟ ਫੋਨ ਦੇ ਉੱਤੇ ਹੀ ਹੈ ਕਿਉਂਕਿ ਇਹਨਾਂ ਕੋਲ ਵਪਾਰੀ ਵੀਰ ਵੀ ਆਉਂਦੇ ਰਹਿੰਦੇ ਆ ਤਾਂ ਫਿਰ ਉਹ ਰੇਟ ਪੜਦੇ 'ਚ ਰਹਿੰਦਾ। ਸੋ ਜਿਹਨੂੰ ਪਸੰਦ ਆਵੇ ਕਾਲ ਕਰਕੇ ਤੁਸੀਂ ਰੇਟ ਬਾਈ ਤੋਂ ਕਨਫਰਮ ਕਰ ਲਓ ਜੀ। ਇਹ ਪਹਿਲੇ ਨੰਬਰ 'ਤੇ ਝੋਟੀ ਦੂਜਾ ਸੂਆ ਸੁਣਦੀ ਜਿਹੜੀ ਤੁਹਾਨੂੰ ਦਿਖਾ ਰਹੇ ਹਾਂ। ਇਹ ਤੋਂ ਬਿਨਾਂ ਇੱਕ ਹੋਰ ਝੋਟੀ ਜਿਹੜੀ ਵਿਕਰੀ ਵਾਸਤੇ ਆ ਬਾਈ, ਜਿਹੜੀ 2 ਨੰਬਰ 'ਤੇ ਝੋਟੀ, ਇਹ ਕਿੰਨਵਾਂ ਸੂਆ? ਇਹ ਵੀ ਦੂਜਾ ਸੂਆ ਜੀ ਬਾਈ। ਇਹ ਕਿੰਨੇ ਕੁ ਦਿਨ ਲੈ ਜੂਗੀ? ਬਾਈ ਇਹ ਵੀ ਲੈ ਜੂਗੀ 10 ਦਿਨ ਜੀ। ਠੀਕ ਹੈ, ਖੋਲੀ ਬਾਈ ਨੂੰ। ਸੋ ਦੋਸਤੋ, 10 ਦਿਨ ਬਾਈ ਕਹਿੰਦਾ ਇਹ ਵੀ ਹਜੇ ਲੈ ਜੂਗੀ। ਬਾਕੀ ਪਸ਼ੂ ਦੀ ਨਿਰਖ ਪਰਖ ਜਾਂ ਤਸੱਲੀ ਜੋ ਵੀ ਕਰਨ ਦੀ ਲੋੜ ਹੋਈ ਉਹ ਤੁਸੀਂ ਕਰਨੀ ਹੈ। ਦੋ ਝੋਟੀਆਂ, ਦੋਨੇ ਹੀ ਦੂਜਾ ਸੂਆ, ਦੋਨੇ ਹਜੇ 8-8, 10-10 ਦਿਨਾਂ ਦੀਆਂ ਕੱਚੀਆਂ। ਸਿੰਘ ਇਹਦੇ ਵੀ ਕੁੰਡੇ ਆ ਦੱਸੋ, ਹਵਾਨਾ ਤੁਸੀਂ ਤੁਰਦੀ ਦਾ ਦੇਖ ਲਓਗੇ। ਇਸ ਤਰ੍ਹਾਂ ਦਾ ਇਹਦਾ ਰੁੱਖ ਹੈ, ਇਹਦੇ ਢਾਂਚੇ ਦੀ ਬਣਾਵਟ ਦੇਖ ਸਕਦੇ ਹੋ ਤੁਸੀਂ। ਲਿਆ ਬਾਈ, ਸੋ ਇਹ ਵੀ ਬਿਲਕੁਲ ਕੁੰਡੇ ਸਿੰਘਾਂ ਦੀ ਝੋਟੀ ਹੈ, ਦਰਮਿਆਨਾ ਜਾਂ ਕੱਦ ਆ, ਥਣਾਂ 'ਚ ਬਿੱਥੀ ਸੋਹਣੀ ਦਿਸਦੀ ਹੈ। ਸੋ ਬਾਕੀ ਸਟਰਕਚਰ ਇਹਦਾ ਤੁਸੀਂ ਵੀਡੀਓ 'ਚੋਂ ਦੇਖ ਰਹੇ ਹੋ। ਸੋ ਇਹ 2 ਨਾਗ ਦੋਸਤੋ ਅੱਜ ਦੀ ਵੀਡੀਓ 'ਚ ਵਿਕਰੀ ਵਾਲੇ ਬਾਈ ਕੋਲ ਇਸ ਟਾਈਮ ਮੌਜੂਦ ਹੈ। ਪਸ਼ੂ ਰੂਟੀਨ 'ਚ ਆਉਂਦੇ ਰਹਿੰਦੇ ਆ, ਇਹਦੇ ਤੁਸੀਂ ਥਣਾਂ ਦੇ ਵਿੱਚ ਬਿੱਥੀ ਦੇਖ ਸਕਦੇ ਹੋ, ਥਣ ਦਾ ਸਾਈਜ਼ ਦੇਖ ਸਕਦੇ ਹੋ। ਸਿੰਘ ਇਹਦੇ ਵੀ ਕੁੰਡੇ ਆ ਬਿਲਕੁਲ, ਇਹਦਾ ਰੁੱਖ ਇਹਦੀ ਸਰੀਰਕ ਬਣਤਰ ਰਹੂਗੀ। ਇਹ ਤੋਂ ਬਿਨਾਂ ਇਹ ਝੋਟੀ ਇਹਦਾ ਤੁਸੀਂ ਹਵਾਨਾ ਦੇਖ ਸਕਦੇ ਹੋ, ਸ਼ੁਰੂਆਤ ਕਿੱਥੋਂ ਕਰਦੀ ਹੈ, ਬਾਕੀ ਥਣਾਂ 'ਚ ਬਿੱਥੀ। ਹਾਲ ਦੇ ਟਾਈਮ ਅਗਲੇ ਥਣ ਜਿਹੜੇ ਉਹ ਪਿਛਲਿਆਂ ਦੇ ਬਰਾਬਰ ਦੇ ਹੀ ਦਿਸਦੇ ਆ, ਜਦੋਂ ਹਵਾਨਾ ਪੂਰਾ ਭਰ ਜੂਗੀ ਉਦੋਂ ਇਹਦਾ ਹਵਾਨੇ ਦੀ ਸਹੀ ਸਮਝ ਆਉਣੀ ਹੈ। ਬਾਕੀ ਤੁਸੀਂ ਦੇਖਣਾ ਵੀ ਇਹ ਤੋਂ ਦੁੱਧ ਤੁਸੀਂ ਕਿੰਨਾ ਚੋਲੋਂਗੇ। ਸੋ ਅੱਜ ਦੀ ਵੀਡੀਓ 'ਚ ਇਹ 2 ਝੋਟੀਆਂ ਫੋਰ ਸੇਲ ਹੈ। ਧੰਨਵਾਦ ਵੀਡੀਓ ਦੇਖਣ ਲਈ।